ਬੇਟਾ ਸੀ ਵਾਰਤਕ ਲੇਖ ਬੇਬੇ ਜੀ ਰੀਡ ਕਰ ਰਹੇ ਸੀ ਥੋੜਾ ਇਹ ਰਹਿ ਗਿਆ ਇਸ ਤੋਂ ਬਾਅਦ ਆਪਾਂ ਵਨ ਮਾਰਕ ਕੁਐਸਚਨ ਕਰਾਂਗੇ ਉਹ ਤੁਸੀਂ ਆਪਣੀ ਬਿਆ ਨੋਟਬੁੱਕ ਤੇ ਕਰਨੇ ਆ ਇਸ ਪਾਠ ਦੇ ਵਿੱਚ ਲੇਖਕ ਨੇ ਆਪਣੀ ਮਾਂ ਦੇ ਨਾਲ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਤੇ ਦੱਸਿਆ ਹੈ ਕਿ ਉਹਦੀ ਮਾਂ ਲੇਖਕ ਨੂੰ ਕਿੰਨਾ ਪਿਆਰ ਕਰਦੀ ਸੀ ਘਰ ਦੀ ਆਰਥਿਕ ਹਾਲਤ ਵੀਕ ਹੋਣ ਦੇ ਕਰਕੇ ਕਮਜ਼ੋਰ ਹੋਣ ਕਰਕੇ ਉਸ ਨੂੰ ਮਾਂ ਨੂੰ ਉਹਦੀ ਯਾਨੀ ਕਿ ਲੇਖਕ ਨੂੰ ਆਪਣੇ ਨਾ ਪੇਕੇ ਘਰ ਭੇਜਣਾ ਪਿਆ ਨਾਨਕੇ ਭੇਜਣਾ ਪਿਆ ਠੀਕ ਹੈ ਇੱਕ ਮਹੀਨੇ ਬਾਅਦ ਲੇਖਕ ਆਪਣੀ ਮਾਂ ਨੂੰ ਮਿਲਣ ਆਉਂਦਾ ਸੀ ਅਤੇ ਇੱਕ ਦਿਨ ਉਹਨੇ ਆਪਣੀ ਮਾਂ ਨੂੰ ਕਿਹਾ ਆਪਣੀ ਮਾਂ ਨੂੰ ਕਿਹਾ ਕਿ ਮਾਂ ਬੇਬੇ ਜੀ ਤੁਹਾਡੇ ਕੋਲ ਤਾਂ ਰੌਣਕਾਂ ਲੱਗੀਆਂ ਹੀ ਰਹਿੰਦੀਆਂ ਹਨ ਤੁਹਾਨੂੰ ਮੇਰੀ ਕਿਹੜਾ ਯਾਦ ਆਉਂਦੀ ਹੋਣੀ ਹੈ ਤਾਂ ਉਹਦੀ ਮਾਂ ਨੇ ਅੱਗੋਂ ਕਿਹਾ ਕਿ ਜਦ ਤੱਕ ਇੱਕ ਮਾਂ ਨੂੰ ਉਹਦੀ ਔਲਾਦ ਨਹੀਂ ਮਿਲਣ ਦੀ ਤਦ ਤੱਕ ਇੱਕ ਮਾਂ ਖੁੱਲ ਕੇ ਜੀ ਨਹੀਂ ਸਕਦੀ ਉਸਨੇ ਆਪਣੇ ਆਪ ਨੂੰ ਜਿੰਦਰਾ ਕਿਹਾ ਤੇ ਆਪਣੇ ਬੱਚਿਆਂ ਨੂੰ ਚਾਬੀ ਯਾਨੀ ਕਿ ਕੀ ਕਿਹਾ ਜਦ ਤੱਕ ਜਿੰਦਰੇ ਵਿੱਚ ਚਾਬੀ ਨਹੀਂ ਲੱਗਦੀ ਤਦ ਤੱਕ ਉਹ ਖੁੱਲਦਾ ਨਹੀਂ ਹੈ ਇਸੇ ਤਰ੍ਹਾਂ ਜਦ ਤੱਕ ਇੱਕ ਮਾਂ ਨੂੰ ਬੱਚਾ ਨਹੀਂ ਮਿਲਦਾ ਤਦ ਤੱਕ ਉਸ ਮਾਂ ਨੂੰ ਖੁਸ਼ੀ ਨਹੀਂ ਹੁੰਦੀ ਠੀਕ ਹੈ ਨੈਕਸਟ ਪੈਰੇਜ ਆਪਾਂ ਪੜਾਂਗੇ 103 ਦੇ ਵਿੱਚ ਠੀਕ ਹੈ ਫਿਰ ਬੇਬੇ ਨੇ ਇੱਕ ਦਿਨ ਆਪਣੀ ਯਾਦ ਤਾਜ਼ਾ ਕੀਤੀ ਤੇ ਕਹਿਣ ਲੱਗੀ ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਵਾਲੇ ਲੋਕ ਭਾਵ ਕਿਹੜੇ ਪਿੰਡ ਵਾਲੇ ਲੋਕ ਸੀ ਜਾਨਵਰਾਂ ਨੂੰ ਮਾਰ ਕੇ ਖਾਂਦੇ ਸਨ ਠੀਕ ਹੈ ਕਿਹੜੇ ਕਿਹੜੇ ਜਾਨਵਰਾਂ ਨੂੰ ਮਾਰ ਕੇ ਖਾਂਦੇ ਸਨ ਦੱਸਿਆ ਕਿ ਪਿੰਡ ਦੇ ਲੋਕ ਜਾਨਵਰਾਂ ਨੂੰ ਮਾਰ ਕੇ ਖਾਂਦੇ ਸਨ ਕਿਹੜੇ ਕਿਹੜੇ ਲੋਕ ਸੀ ਮੋਰਾਂ ਨੂੰ ਰੇਜ਼ਾ ਮੋਰਾਂ ਨੂੰ ਮਾਰ ਕੇ ਖਾ ਜਾਂਦੇ ਮੁਰਗਾਪੀਆਂ ਠੀਕ ਹੈ ਮੁਰਗਾਪੀਆਂ ਬੇਟਾ ਜਿਹੜਾ ਪੰਛੀ ਹੈ ਕ੍ਰੇਨ ਜਿਹਨੂੰ ਆਪਾਂ ਕਹਿੰਦੇ ਆ ਲੰਬੀ ਜਿਹੀ ਬੜੀ ਲੰਬੀ ਜਿਹੀ ਚੁੰਝ ਹਾਂ ਵਾਈਟ ਵਾਲਾ ਠੀਕ ਹੈ ਬੜਾ ਲੰਬੀ ਜਿਹੀ ਨੈਕ ਹੁੰਦੀ ਗਦਰ ਹੁੰਦੀ ਵਾਈਟ ਜਿਹਾ ਹੁੰਦਾ ਨੈਕ ਜਿਹੜੀ ਠੀਕ ਹੈ ਆਈ ਸੀ ਨਹੀਂ ਕ੍ਰੇਨ ਆਈ ਥਿੰਕ ਸ਼ਾਇਦ ਕ੍ਰੇਨ ਹੁੰਦਾ ਕ੍ਰੇਨ ਠੀਕ ਹੈ ਮੁਰਗਾਪੀਆਂ ਬੇਟਾ ਮੈਨੂੰ ਫਿਰ ਸੀਨ ਚੇਂਜ ਕਰਨੀ ਪੈਣੀ ਉਹਦੀ ਆਵਾਜ਼ ਆਈ ਮੁਰਗਾਪੀਆਂ ਤਾਂ ਕਿ ਕੁੰਜਾਂ ਨੂੰ ਵੀ ਨਹੀਂ ਕੁੰਜਾਂ ਮਤਲਬ ਬੇਟਾ ਪੰਛੀਆਂ ਦੇ ਬੱਚੇ ਕੁੰਜਾਂ ਆਪਾਂ ਪੰਛੀਆਂ ਦੇ ਬੱਚਿਆਂ ਨੂੰ ਕਹਿੰਦੇ ਹਾਂ ਕੋਈ ਉੱਚੀ ਹੋ ਕੇ ਮੋਰ ਵਾਂਗ ਕਿਆਕੋ ਕਹਿ ਕੇ ਦੌੜੇ ਗੋਲੀ ਮਾਰ ਦੇਣ ਭਾਵ ਕਿ ਉਹ ਇਹਨਾਂ ਦਾ ਸ਼ਿਕਾਰ ਕਰਦੇ ਸਨ ਅਤੇ ਸ਼ਿਕਾਰ ਕਰਨ ਲੱਗਿਆ ਨੂੰ ਜਰਾ ਵੀ ਡਰ ਨਹੀਂ ਲੱਗਦਾ ਸੀ ਉਹ ਤਾਂ ਸਿਰਫ ਇਹੀ ਸੋਚਦੇ ਸਨ ਕਿ ਇਹਨਾਂ ਵਿੱਚ ਕਿਹੜੀ ਜਾਨ ਹੈ ਇਹ ਕਿਹੜਾ ਕੋਈ ਇਨਸਾਨ ਹਨ ਠੀਕ ਹੈ ਇਸ ਲਈ ਉਹ ਜਾਨਵਰਾਂ ਨੂੰ ਮਾਰ ਕੇ ਖਾਣਾ ਵੀ ਜਿਹੜਾ ਕਿ ਗਲਤ ਨਹੀਂ ਸਮਝਦੇ ਸਨ ਪਾਕੀ ਦੀ ਮਾਂ ਨੇ ਕਿਹਾ ਕਿ ਕਿੰਨੇ ਬੇਦਿਲੇ ਸਨ ਇਹ ਲੋਕ ਬੇਬੇ ਦੀ ਉਮਰ 90 ਸਾਲ ਤੋਂ ਉੱਤੇ ਹੋ ਗਈ ਭਾਵ ਕਿ ਜਦੋਂ ਲੇਖਕ ਨੂੰ ਇਹ ਗੱਲ ਸੁਣਾ ਰਹੀ ਸੀ ਉਦੋਂ ਲੇਖਕ ਦੀ ਉਮਰ ਦੀ ਕਿੰਨੀ ਸੀ ਮਾਂ ਰਹੀ 90 ਤੋਂ ਉੱਤੇ ਇਹ ਵੀ ਵਨ ਮਾਸ ਕੁਐਸਚਨ ਲਿਖਵਾਉਂਗੀ 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ ਸੀ ਠੀਕ ਹੈ ਜਦੋਂ 16 ਸਾਲ ਦੀ ਉਮਰ ਸੀ ਉਹਦਾ ਲੇਖਕ ਦੀ ਮਾਂ ਦਾ ਵਿਆਹ ਹੋਇਆ ਸੀ ਹੁਣ ਤੱਕ ਮੇਰਾ ਪਿੰਡ ਉਸਦਾ ਪਿੰਡ ਨਹੀਂ ਬਣਿਆ ਉਸਦਾ ਪਿੰਡ ਉਹੀ ਹੈ ਜਿੱਥੇ ਉਸਦਾ ਜਨਮ ਹੋਇਆ ਭਾਵ ਕਿ ਉਹ ਆਪਣੇ ਸਹੁਰੇ ਪਿੰਡ ਨੂੰ ਜਿੱਥੇ ਉਹ ਵਿਆਹੀ ਆਈ ਸੀ ਉਹਨੂੰ ਆਪਣਾ ਪਿੰਡ ਹੀ ਕਹਿੰਦੀ ਸੀ ਕਿਹਨੂੰ ਆਪਣਾ ਪਿੰਡ ਸਮਝਦੀ ਸੀ ਜਿੱਥੇ ਉਹਦਾ ਜਨਮ ਹੋਇਆ ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ ਹੁਣ ਮੈਂ ਜਿਉਂਦੀ ਹਾਂ ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਹੀ ਮਿਲ ਲੈਂਦੇ ਹੋ ਭਾਵ ਕਿ ਘਰ ਦੇ ਵਿੱਚ ਬੇਟਾ ਕੋਈ ਵੱਡਾ ਜੀ ਹੋਵੇ ਘਰ ਦੇ ਵੀ ਕੋਈ ਪੜਦਾਦਾ ਪੜਦਾਦੀ ਹੈ ਦਾਦਾ ਦਾਦੀ ਹੈ ਰਿਸ਼ਤੇਦਾਰ ਵੀ ਉਹਨੂੰ ਮਿਲਣ ਆਉਂਦੇ ਨਾ ਜੇ ਉਹੀ ਨਹੀਂ ਰਹਿਣਗੇ ਕਾਫੀ ਬੇਟਾ ਦੇਖਿਆ ਜਾਂਦਾ ਕਿ ਉਹਨਾਂ ਦੀ ਦੁਨੀਆਂ ਤੋਂ ਜਾਣ ਤੋਂ ਬਾਅਦ ਆਉਣਾ ਜਾਣਾ ਵੀ ਘੱਟ ਹੋ ਜਾਂਦਾ ਆਮ ਦੇਖਿਆ ਜਾਂਦਾ ਖਾਸ ਤੌਰ ਤੇ ਜਦੋਂ ਘਰ ਦੇ ਵੀ ਸਾਡੇ ਬਜ਼ੁਰਗ ਜਿੰਦਾ ਹੁੰਦੇ ਨਾ ਤੇ ਸਾਰੇ ਰਿਸ਼ਤੇਦਾਰ ਵੀ ਆਉਂਦੇ ਆ ਮਿਲਣ ਜੁਲਣ ਕਾਫੀ ਪਰ ਜਦੋਂ ਬਜ਼ੁਰਗ ਵਿਚਾਰੇ ਇਸ ਦੁਨੀਆਂ ਤੋਂ ਚਲੇ ਜਾਂਦੇ ਹੈ ਤੇ ਕਾਫੀ ਰਿਸ਼ਤੇਦਾਰ ਦਾ ਮਿਲਣਾ ਜੁਲਣਾ ਵੀ ਘੱਟ ਹੋ ਜਾਂਦਾ
वो प्यार घट जाता है क्योंकि बुजुर्ग की है बेटा एक जिहड़ा सारे रिश्तेदार एक मिला के रखते हैं, ठीक है, किसी दिन त्यौहार से किसी सुख दुख से मतलब उन्होंने बुलाते रहेंगे, ऐसे आपस प्यार बने रहता है, पर जो बुजुर्गों का सिर तो साया उठ जाता है तो आना जाना भी घट हो जाता है, आम देखा भी गया। इसी तरह की माँ ने कहा कि जब तक मैं हाँ रिश्तेदार भी मिलते हैं तो बच्चे थोड़े तो अगे लंघनगे, अगे सॉरी जदों मैं ना रही एक राजधानी टूट जाएगी, बाकी रिश्ता टूट जाएगा। लेखक नू कह रही वो अपने पुत्र नू, तुसी बड़ी तरक्की कीती, और बच्चों नू कह रही है बड़े पढ़ लिख गए। लेखक की माँ लेखक नू दस रही है कि जदों मैं ना रही ना ते समझो भी एक रिश्ता एक राजधानी टूट जाएगी। हाँ तुहाडे बच्चे तुहाडे तो अगे निकलणगे, खुशहाल होवोगे, अपने बच्चों को असीस दे रही है बेटा दिव्यांशी, अपने बच्चों को असीस दे रही है कि तुसी हमेशा खुश रहो। हैगी तो बोली जई सी पर सी चंगी, हमेशा बोलती रहती सी जी इस घर भी देखते देखते तुसी अगे लंघ जाया करोगे। भाव कि उन्हें माँ ने की समझाया कि जदों मैं ना रही, ठीक है, तुसी इत्थों आओगे इस गली चो इस मोहल्ले चो निकलोगे, पर घर नू देख के अगे निकल जाओगे, घर के विच पैर नहीं पाओ जदों मैं इत्थे ना रही, ठीक है, क्योंकि रिश्ते जेड़े की है आपां कहिंदे आ मावां दे नाल हुंदे। मेरे पिछों इस घर विच आना नू तुहाडा दिल नहीं करिया करेगा, मेरा छोटा भरा बंदगी करन वालिया वांग बिन मापिया की सेवा करता है। भाव कि उहदा छोटा भरा सी लेखक दा बड़े मापिया की सेवा करता सी, बुजुर्गां दी हर खुशी गमी अते दिन त्यौहार दे मौके ते असी सारे जने उसकी कोठी जा पुजदे अपने भरा दे घर, तां रौनकां खुशियां अते मिलापां दा मेला लग जांदा। जदों कोई दिन त्यौहार हुंदा तां लेखक जिहड़ा किसी अपने भरा दे घर चला जांदा। इस मेले विच मेला किहदे घर लगदा सी, लेखक दे भरा घर, जदों कोई दिन त्यौहार कोई फेस्टिवल हुंदा सी, घरों घरी जान लगदे ता छोटा भरा होली दे ता छोटा भरा होली दे के पुछिया करदा, सब तो छोटा भरा जदों बेबे बापू ना रहे उदों भी आया करोगे। हुण वाह भाव कि उहने की किया, छोटे बच्चे ने छोटे भरा ने होली च पुछिया, क्योंकि माँ प्यो नूं पता लगे कि जदों माता पिता नहीं रहणगे तुसीं फिर भी आया करोगे, फिर भी रौनकां लगनगियां, इहनूं होली च पुछिया। मेरे सुपनिया विच बेबे कदी मिर्चा तोड़दी फिरदी, पता कि हुण लेखक दी मां नहीं रही, ठीक है, हुण दस रहा कि जदों लेखक दी मां नहीं रही दुनिया चली गई है, हुण उहदे सुपने च आ रही उहदी मां की कह रही है उहनूं, मिर्चा तोड़दी फिरदी खेत विच कदी कपाह चुगदी, भाव कि खेतां च कोई काम कर रही है, कोटम कदे बछारूआं दियां बूतियां पलोस, बछारू मतलब अरे अरे जानवर दे बच्चे, ठीक है, बछारू जानवर दे बच्चे दा बूतियां मतलब मुंह पलोस रही हुंदी, प्यार कर रही हुंदी, कदे मज्जां नूं थापी दे रही हुंदी, प्यार कर रही हुंदी, फटे पुराने टाकियां वाले खद्दर दे कपड़े पाई, ठीक है, उहदी मां ने कपड़े खद्दर दे पाए सन, मिट्टी कट्टे लत्त पत्त, ओह कदी झाड़ू दिंदी कदी पाथियां पर दिपाकी गोया, भाव की हुण जदों लेखक दी मां नहीं रही उहनूं अपनी याद मां दी किथे आ रही, सुपनिया विच, ठीक है, सुपनिया विच उहदी मां कोई ना कोई कम कर रही है, भाव की लेखक दा इह वार्तक लेख ही अपने मां दे नाल प्यार, ठीक है, प्रगट कीता है। पाथियां कोई कर रही है, कोई सब्जी तोड़ रही है, कदी कपाह ताड़े, भाव की पिंडां दे विच कोई ना कोई काम करती दिखाई गई है, इस तो पता चलता है कि माँ कभी वेली नहीं रहती सी, ठीक है। भाव की इस वार्तक लेख लेखक ने अपने बेबे जी बारे दस्या है कि उहदी माँ किन्नी सियाणी सी, उहनूं समझाउंदी सी ते किन्ना प्यार करदी सी अपने बच्चों नूं चंगी सिक्ख्या देण लई, उहनां दा भविख बनाउण दे लई उहने अपने जिहड़े की है अपने तों दूर कर दित्ता, ठीक है, दूर करना नहीं चाहती सी पर क्यों कीता, बच्चा उहदा पढ़ लिख जावे चंगी सिक्ख्या मिले, तां ही उहने अपने पेक्या दे घर जिहड़ा कि लेखक नूं भेज दित्ता सी, दिल नहीं कर रहा सी, ठीक है, इसलिए जदों लेखक उहनूं मिलण वी आंदा है महीने बाद, ठीक है, जदों छड्डण जांदी ते रोंदी है, हाँ नानी घर पलिया सी क्योंकि बेटा उहनां दी इकनोमिकल कंडीशन आर्थिक स्थिति चंगी नहीं सी, उह बच्चिआं दा चंगा चाहुंदी सी, कहिंदी सी मेरे बच्चे तरक्की करन,
इसलिए उन्हें लेखक नूं अपने जिहड़ा किसी पेके घर भेजता लेखक दे नानके ताकि वह पढ़ लिख के एक चंगा ते नेक इंसान बने। ठीक है, हुण आपां इहदे वन मार्क्स क्वेश्चन करांगे, तुसीं नोटबुक ते लिखणे बेटा। एक दो शब्दा वाले प्रश्न, फर्स्ट क्वेश्चन, लेखक नू किन्नी उम्र तक अपना बचपन लेखक नू किन्नी उम्र तक अपना बचपन याद रहता है? चार पांच साल। लेखक नू मैं आंसर लिखनी जावांगी, ठीक है, चाहे ऐदां लिख लो चाहे दूसरे लिख लो। लेखक नू किन्नी उम्र तक अपना बचपन याद रहता है? चार पांच। सेकंड क्वेश्चन, हाँ, लेखक दी मां या लेखक दी बेबे किथे पानी भरन जांदी सी? हाँ, लेखक दी, क्वेश्चन बोलो, लेखक दी मां या बेबे किस ऊपर किस ऊपर या किते पानी भरन जांदी सी? लिखन लगे बेटा, कोई हाँ है ना, लिखा नहीं। थर्ड क्वेश्चन, लेखक दे नन्ना लेखक नू लेखक नू हर दिन त्योहार कदों लगदा सी? हाँ, लेखक नू हर दिन त्योहार लेखक नू हर दिन त्योहार वांग कदों लगदा सी? हाँ हाँ, लेखक नू हर दिन त्योहार वांग कदों लगदा? जदों लेखक दी बेबे लेखक नू हर दिन पिता दा सुभा लेखक दे पिता दा सुभा केहो जिहा सी? सत्त, लेखक दे पिता दा सुभा केहो जिहा सी? सत्त, नेक्स्ट है, लेखक दी बेबे कदों रोंदी सी? इवान भाई, सेम हो किताबा ते नहीं, लेखक दी मां कदों रोंदी सी? जदों वो अपने बच्चियां लई किताबा, हाँ जदों सी, जदों अपने बच्चियां लई किताबा या नवे कपड़े नहीं खरीद के लै सकदी सी? लेखक दी मां कदों रोंदी सी?
ਜਦੋਂ ਉਹ ਆਪਣੇ ਬੱਚਿਆਂ ਲਈ ਕੱਪੜੇ ਤੇ ਕਾਪੀਆਂ ਕਿਤਾਬਾਂ ਨਹੀਂ ਲੈ ਕੇ ਦੇ ਸਕਦੀ ਸੀ। ਲੇਖਕ ਦੇ ਨਾਨਕਿਆਂ ਕੋਲ ਕਿੰਨੀ ਜ਼ਮੀਨ ਸੀ? ਲੇਖਕ ਦੇ ਨਾਨਕਿਆਂ ਕੋਲ ਦੱਸੋ 50 ਏਕੜ। ਲੇਖਕ ਦੇ ਨਾਨਕਿਆਂ ਕੋਲ ਸੇਮ ਹੀ ਹੈ ਕਿੱਲੇ। ਹਾਂ ਨਹੀਂ ਮਰਲਾ ਘੱਟ ਹੁੰਦਾ, ਏਕੜ ਜ਼ਿਆਦਾ ਹੁੰਦਾ। 50 ਏਕੜ। ਨੈਕਸਟ ਹੈ ਉਸਦੇ ਮਾਮੇ ਦੇ ਮਾਮੇ ਕੌਣ ਸਨ ਜਾਂ ਕੀ ਕੰਮ ਕਰਦੇ ਸਨ? ਵਾਹੀ ਘਰ ਜ਼ਮੀਨਾਂ ਦੇ ਮਾਲਕ ਜ਼ਮੀਨਾਂ ਮਾਲਦੇ। ਨੈਕਸਟ ਹੈ ਵਾਹੀ ਘਰ ਲੇਖਕ ਦੀ ਮਾਂ ਨੇ ਜ਼ਮੀਨਾਂ ਦੇ ਮਾਲਕ ਜਿਹੜੇ ਜ਼ਮੀਨਾਂ ਨੂੰ ਵਾਹੁੰਦੇ ਨੇ। ਲੇਖਕ ਦੀ ਮਾਂ ਨੇ ਜਾਂ ਬੇਬੇ ਨੇ ਲੇਖਕ ਨੂੰ ਆਪਣੇ ਪੇਕੇ ਘਰ ਕਿਉਂ ਭੇਜਿਆ ਸੀ? ਆਰਥਿਕ ਤੰਗੀ ਕਰਕੇ। ਵਨ ਵਰਡ ਲਿਖਣਾ ਆਰਥਿਕ ਤੰਗੀ। ਹਾਂ ਲੇਖਕ ਦੀ ਮਾਂ ਨੇ ਲੇਖਕ ਨੂੰ ਨਾਨਕੇ ਜਾਂ ਪੇਕੇ ਕਰਕੇ ਉਹ ਭੇਜਿਆ ਸੀ? ਆਰਥਿਕ ਤੰਗੀ ਕਰਕੇ। ਆਰਥਿਕ ਤੰਗੀ ਕਰਕੇ ਨੈਕਸਟ ਹੈ ਲੇਖਕ ਦੀ ਮਾਮੀ ਦਾ ਸੁਭਾਅ ਕਿਹੋ ਜਿਹਾ ਸੀ? ਚੰਗਾ। ਲੇਖਕ ਦੀ ਮਾਮੀ ਦਾ ਸੁਭਾਅ ਕਿਹਾ ਗਿਆ ਸੀ? ਨਹੀਂ ਚੰਗਾ ਨਹੀਂ। ਨੈਕਸਟ ਕੁਐਸਚਨ ਜਦੋਂ ਲੇਖਕ ਦੀ ਮਾਂ ਐਕਸਕਿਊਜ਼ ਮੀ ਮੈਮ
मैम जिस क्वेश्चन का आंसर एक बार था वो क्वेश्चन नहीं सुन पाया मैं। दादके किन्नी बार जांदा सी? ठीक है ओके मैम। नेक्स्ट है जदों लेखक दी मां लेखक नू बस अड्डे तक छड्डन जांदी ਤਾਂ ਉਸਦੇ ਰੋਣ ਤੇ ਲੇਖਕ ਕੀ ਕਹਿੰਦਾ? ਜਦੋਂ ਲੇਖਕ ਦੀ ਮਾਂ ਲੇਖਕ ਨੂੰ ਬੱਸ ਅੱਡੇ ਤੱਕ ਛੱਡਣ ਜਾਂਦੀ ਤਾਂ ਉਸਦੇ ਰੋਣ ਤੇ ਲੇਖਕ ਕੀ ਕਹਿੰਦਾ? ਹਾਂ ਉਹ ਸਰਹੱਦ ਤੇ ਜੰਗ ਲੜਨ ਨਹੀਂ ਜਾ ਰਿਹਾ। ਲਿਖ ਦਿੰਦੀ ਹਾਂ ਕਿ ਉਹ ਸਰਹੱਦ ਤੇ ਜੰਗ ਲੜਨ ਸਰਹੱਦ ਸ਼ਹਿਰ ਹੈ ਬੇਟਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਇਹ ਬੋਰਡਰ ਠੀਕ ਹੈ ਹਾਂ ਸਰਹੱਦ ਮਤਲਬ ਬੋਰਡਰ ਠੀਕ ਹੈ। ਸਰਹੱਦ ਤੇ ਜੰਗ ਲੜਨ ਨਹੀਂ ਜਾ ਰਿਹਾ ਹਾਂ। ਨੈਕਸਟ ਹੈ ਲੇਖਕ ਦੀ ਮਾਂ ਜਾਂ ਬੇਬੇ ਦੇ ਕਹਿਣ ਅਨੁਸਾਰ ਅੱਖੋਂ ਪਰਖੇ ਲੇਖਕ ਦੀ ਲਿਖ ਰਹੀ ਬੇਟਾ ਕੁਸ਼ਨ ਲਿਖਣ ਲੱਗਿਆ ਲੇਖਕ ਦੀ ਮਾਂ ਦੇ ਅਨੁਸਾਰ ਅੱਖੋਂ ਪਰਖੇ ਕੀ ਹੁੰਦਾ ਹੈ? ਲੇਖਕ ਦੀ ਮਾਂ ਅਨੁਸਾਰ ਜਾਂ ਬੇਬੇ ਦੇ ਕਹਿਣ ਅਨੁਸਾਰ ਅੱਖੋਂ ਪਰੋਖੇ ਕੀ ਹੁੰਦਾ ਹੈ? ਇਹਦਾ ਆਂਸਰ ਦੱਸੇਗਾ ਕੋਈ ਬੇਟਾ ਮੈਨੂੰ? ਲੇਖਕ ਦੀ ਮਾਂ ਦੇ ਕਹਿਣ ਅਨੁਸਾਰ ਅੱਖੋਂ ਪਰੋਖੇ ਜਦੋਂ ਮਤਲਬ ਕਿ ਕੋਈ ਔਲਾਦ ਉਹਦੀ ਦੂਰ ਚੱਲੀ ਹੈ ਤਾਂ ਕੀ ਹੋਏਗਾ? ਹਾਂ ਨਹੀਂ ਉਹਨੇ ਇੱਕ ਵਰਡ ਕਿਹਾ ਸੀ ਉਹ ਕੀ ਕਿਹਾ ਸੀ? ਯੈਸ ਬੇਟਾ ਪੈਰੈਂਟ ਦੁਸ਼ਮਣ ਦੀ ਸਰਹੱਦ। ਵੈਰੀ ਗੁੱਡ। ਦੇਖੋ ਆਨਲਾਈਨ ਬੱਚੇ ਬਹਿ ਕੇ ਵੀ ਧਿਆਨ ਨਾਲ ਸੁਣ ਰਹੇ। ਲੇਖਕ ਦੀ ਮਾਮੀ ਦਾ ਮਾਮੀ ਦਾ ਕੀ ਨਾਮ ਸੀ? ਲੇਖਕ ਅਨੁਸਾਰ ਨਹੀਂ ਹੈ, ਬੇਬੇ ਦੇ ਅਨੁਸਾਰ ਹੈ। ਦੁਸ਼ਮਣ ਦੀ ਸਰਹੱਦ। ਨੈਕਸਟ ਹੈ ਲੇਖਕ ਦੀ ਮਾਮੀ ਦਾ ਕੀ ਨਾਮ ਸੀ? ਹਾਂ ਗੁਰਦਿਆਲ ਕੌਰ। ਨੈਕਸਟ ਹੈ ਉਹ ਗਲਤ ਹੈ ਨਾ। ਨੈਕਸਟ ਹੈ ਗੁਰਦਿਆਲ ਕੌਰ ਦਾ ਰੰਗ ਕਿਹੋ ਜਿਹਾ ਸੀ?